ਬੀਤੇ ਦਿਨੀ ਜੈਜੋ ਹਾਦਸੇ ਬਾਰੇ ਜਾਇਜ਼ਾ ਲੈਣ ਪਹੁੰਚੀ ਭਾਜਪਾ ਆਗੂ ਨਮੀਸ਼ਾ ਮਹਿਤਾ ਨੇ ਇਸ ਭਿਆਨਕ ਸੜਕੀ ਹਾਦਸੇ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ। ਨਮੀਸ਼ਾ ਮਹਿਤਾ ਨੇ ਜੈਜੋ ਪਹੁੰਚ ਕੇ ਇਲਾਕੇ ਦੇ ਲੋਕਾਂ ਅਤੇ ਖਾਸ ਤੌਰ 'ਤੇ ਉਹਨਾਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਨੇ ਇਸ ਹਾਦਸੇ ਨੂੰ ਅੱਖੀ ਵੇਖਿਆ। ਇਸ ਦੌਰਾਨ ਨਮੀਸ਼ਾ ਮਹਿਤਾ ਨੇ ਪ੍ਰੈਸ ਵਾਰਤਾ ਕਰਦਿਆਂ ਕਿਹਾ ਕਿ ਕਰੀਬ ਹਰ ਸਾਲ ਇਸ ਲਸਾੜਾ ਜੈਜੋ ਚੋ 'ਤੇ ਹਾਦਸੇ ਹੁੰਦੇ ਨੇ, ਕਈ ਵਾਰ ਮੌਤਾਂ ਹੋ ਚੁੱਕੀਆਂ ਨੇ, ਪਰ ਜ਼ਿਲ੍ਹਾ ਪ੍ਰਸ਼ਾਸਨ ਇਹਨਾਂ ਤੋਂ ਕੋਈ ਸੇਧ ਨਹੀਂ ਲੈਂਦਾ। ਭਾਜਪਾ ਆਗੂ ਦਾ ਕਹਿਣਾ ਹੈ ਕਿ ਹਰ ਸਾਲ ਇਸ ਖੱਡ ਦੇ ਵਿੱਚ ਤੂਫਾਨੀ ਤਰੀਕੇ ਦੇ ਨਾਲ ਪਾਣੀ ਅਤੇ ਪੱਥਰ ਆਉਂਦੇ ਨੇ ਜੋ ਕਿ ਸਕੂਟਰ ਅਤੇ ਕਾਰਾਂ ਵਾਲਿਆਂ ਨੂੰ ਹੜ੍ਹ ਦੇ ਵਿੱਚ ਰੋੜ ਕੇ ਲੈ ਜਾਂਦੇ ਨੇ, ਪਰ ਪ੍ਰਸ਼ਾਸਨ ਅਜੇ ਤੱਕ ਇਸ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਨਮੀਸ਼ਾ ਮਹਿਤਾ ਨੇ ਦੱਸਿਆ ਕਿ ਹਾਦਸੇ ਉਪਰੰਤ ਡੁੱਬਣ ਵਾਲੇ ਲੋਕਾਂ ਨੂੰ ਬਚਾਉਣ ਦੇ ਲਈ ਇਲਾਕੇ ਦੇ ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਤੇਜ਼ ਚੱਲ ਰਹੇ ਪਾਣੀ ਦੇ ਵਿੱਚ ਕਾਫੀ ਜੱਦੋਜਹਿਦ ਕੀਤੀ ਅਤੇ ਇੱਕ ਲੜਕੇ ਨੂੰ ਬਚਾ ਲਿਆ ਅਤੇ ਚਾਰ ਲਾਸ਼ਾਂ ਵੀ ਕੱਢੀਆਂ ਗਈਆਂ। ਨਮੀਸ਼ਾ ਮਹਿਤਾ ਨੇ ਅੱਗੇ ਬੋਲਦਿਆਂ ਦੱਸਿਆ ਕਿ ਰੈਸਕਿਊ ਟੀਮਾਂ 2 ਵਜੇ ਦੇ ਕਰੀਬ ਜੈਜੋ ਪਹੁੰਚੀਆਂ। ਜ਼ਿਲ੍ਹਾ ਉੱਚ ਅਧਿਕਾਰੀਆਂ ਨੇ ਆ ਕੇ ਇਹ ਵੀ ਝੂਠ ਸਥਾਪਿਤ ਕਰ ਦਿੱਤਾ ਕਿ ਸਾਰੀਆਂ ਲਾਸ਼ਾਂ ਉਹਨਾਂ ਨੇ ਹੀ ਬਾਹਰ ਕੱਢੀਆਂ ਨੇ। ਉਹਨਾਂ ਕਿਹਾ ਕਿ ਆਪਣੀ ਜਾਨ 'ਤੇ ਖੇਡ ਕੇ ਖੱਡ ਦੇ ਵਿੱਚ ਹੜ੍ਹ ਦੇ ਵਿੱਚ ਡੁੱਬੇ ਲੋਕਾਂ ਦੀ ਜਾਨ ਬਚਾਉਣ ਵਾਲੇ ਨੌਜਵਾਨਾਂ ਨੂੰ ਵੀ ਮੈਂ ਸ਼ਾਬਾਸ਼ੀ ਦਿੰਦੀ ਹਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹਨਾਂ ਮੰਗ ਕੀਤੀ ਹੈ ਕਿ ਆਜ਼ਾਦੀ ਦਿਹਾੜੇ 'ਤੇ ਇਹਨਾਂ ਨੌਜਵਾਨਾਂ ਨੂੰ ਮੁੱਖ ਮੰਤਰੀ ਤੋਂ ਸਨਮਾਨਿਤ ਕਰਵਾਇਆ ਜਾਵੇ। ਨਮੀਸ਼ਾ ਮਹਿਤਾ ਦਾ ਇਹ ਵੀ ਕਹਿਣਾ ਹੈ ਕਿ ਅਜਿਹੇ ਹਾਦਸੇ ਜਿਹੜੇ ਨੇ ਵਾਪਰ ਰਹੇ ਨੇ ਅਤੇ ਪ੍ਰਸ਼ਾਸਨ ਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ। ਜਲਦ ਤੋਂ ਜਲਦ ਖੱਡ ਵਿਚਲਾ ਰਸਤਾ ਚੌੜਾ ਅਤੇ ਮਜ਼ਬੂਤ ਕਰਾ ਕੇ ਉਸਦੇ ਨਾਲ ਸੀਮੈਂਟ ਦੇ ਪਿੱਲਰ ਲਗਵਾਉਣੇ ਚਾਹੀਦੇ ਨੇ ਤਾਂ ਜੋ ਕੋਈ ਵਾਹਨ ਹੜ੍ਹ ਦੇ ਵਿੱਚ ਨਾ ਰੁੜ ਸਕੇ। ਦੇਖੋ ਜੀ, ਮੈਂ ਪਹਿਲੇ ਤਾਂ ਬਹੁਤ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹਾਂ ਕਿ 11 ਬੰਦੇ ਹੜ੍ਹ ਕੇ ਇਸ ਜੇਜੋ ਖੱਡ ਦੇ ਵਿੱਚ ਜਿਹੜਾ ਹੈ ਪੂਰੇ ਹੋ ਗਏ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਹਰ ਸਾਲ ਹਾਦਸੇ ਹੁੰਦੇ ਆ ਅਤੇ ਪ੍ਰਸ਼ਾਸਨ ਜਿਹੜਾ ਹੈ ਇਹ ਕਦੋਂ ਜਾਗੂਗਾ, ਸਰਕਾਰਾਂ ਕਦੋਂ ਜਾਗੂਗੀਆਂ। ਅੱਜ ਕਈ ਸਾਲ ਹੋ ਗਏ ਹਾਦਸੇ ਹੁੰਦੇ ਆ, ਖੱਡ ਚੱਲਦੀ ਹੈ, ਪਿਛਲੇ ਸਾਲ ਵੀ ਬਹੁਤ ਪਾਣੀ ਆਇਆ ਸੀਗਾ, ਹੁਣ ਤੱਕ ਇੱਥੇ ਪਿੱਲਰ ਲੱਗ ਜਾਣੇ ਚਾਹੀਦੇ ਸੀ। ਪਹਿਲੀ ਸਿਫਾਰਿਸ਼ 'ਤੇ ਮੈਂ ਇਹ ਕਰੂੰਗੀ ਕਿ ਪਿੱਲਰ ਲੱਗਣੇ ਚਾਹੀਦੇ ਹੈ ਔਰ ਸੀਮੈਂਟਡ ਪਿੱਲਰ ਲੱਗਣੇ ਚਾਹੀਦੇ ਆ ਇਸ ਰਸਤੇ 'ਤੇ ਤਾਂ ਕਿ ਗੱਡੀਆਂ ਹੜਵੀਆਂ ਬੰਦ ਹੋਣ। ਅੱਜ ਕਿੰਨੇ ਕੁ ਵੈਣ ਪੈ ਰਹੇ ਹੋਣਗੇ ਉਹਨਾਂ ਘਰਾਂ ਦੇ ਜੀ ਜਿਹਨਾਂ ਦੇ ਚਲੇ ਗਏ। ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪ੍ਰਸ਼ਾਸਨ ਬਹੁਤ ਵੱਡੀ ਧੂਲ ਝੋਕਣਾ ਚਾਹ ਰਿਹਾ ਹੈ ਲੋਕਾਂ ਦੀ ਅੱਖਾਂ ਦੇ ਵਿੱਚ। ਅੱਜ ਅਖਬਾਰਾਂ ਦੇ ਵਿੱਚ ਦੇਖਤਾ ਰੈਸਕਿਊ ਆਪਰੇਸ਼ਨ ਦੀਆਂ ਟੀਮਾਂ ਪਹੁੰਚ ਗਈਆਂ, ਕਈ ਕੁਛ ਹੋ ਗਿਆ, ਜਦਕਿ ਹਾਦਸਾ ਜਿਹੜਾ 9:30 ਸਵੇਰੇ ਹੋਇਆ, ਇਹ ਸਾਡੇ ਜਿਹੜੇ ਬਹਾਦੁਰ ਨੌਜਵਾਨ ਖੜ੍ਹੇ ਆ, ਕੁਛ ਜੇਜੋਂ ਦੇ ਹੈਗੇ ਔਰ ਕੁਛ ਮੇਰੇ ਭਰੋਵਾਲ ਲਸਾੜਾ ਅਤੇ ਮਹਿਦੂਦ ਦੇ, ਇਹਨਾਂ ਦੇ ਮੈਂ ਨਾਮ ਦੱਸੂੰਗੀ, ਸ਼ਿਵਾ, ਰੋਹਿਤ, ਰਵੀ, ਵਿਸ਼ਾਲ, ਸਚਿਨ, ਦੀਪਕ, ਦਵਿੰਦਰ ਅਤੇ ਪਰਮਜੀਤ। ਇਹ ਜਿਹੜੇ ਲੜਕੇ ਨੇ, ਇਹਨਾਂ ਨੇ ਜਦੋਂ ਇਹ ਹਾਦਸਾ ਇੱਥੇ ਦੇਖਿਆ, ਇਹ ਉਸੇ ਵੇਲੇ ਉਹਨਾਂ ਦੇ ਮਗਰ ਪਾਣੀ 'ਚ ਕੁੱਦੇ ਆ। ਉਹਨਾਂ ਦੀਆਂ ਚੀਕਾਂ ਪੁਕਾਰਾਂ ਨੂੰ ਦੇਖ ਕੇ ਇਹਨਾਂ ਨੇ ਅਰੇਂਜਮੈਂਟਸ ਕੀਤੇ, ਇਹ ਲੋਡਰ ਲੈ ਕੇ ਵੀ ਜਿਹੜਾ ਪਾਣੀ ਦੇ ਵਿੱਚ ਗਏ, ਪਰ ਇਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਵਿਚਾਰਿਆਂ ਨੂੰ। ਔਰ ਫਿਰ ਵੀ ਇਹਨਾਂ ਨੇ ਜੱਦੋਜਹਿਦ ਕਰਕੇ ਰੈਸਕਿਊ ਟੀਮਾਂ ਆਉਣ ਤੋਂ ਪਹਿਲੇ ਜਿਹੜਾ ਇਹ 1:30 ਵਜੇ ਤੱਕ 4 ਲਾਸ਼ਾਂ ਕੱਢ ਚੁੱਕੇ ਸੀ ਔਰ ਬੱਚਾ ਵੀ ਜਿਹੜਾ ਹੈ ਉਹ ਇਹਨਾਂ ਨੇ ਹੋਸਪਿਟਲ ਪਹੁੰਚਾਇਆ, ਬਚਾਇਆ ਇਹਨਾਂ ਨੇ। ਪਰ ਮੈਂ ਇੱਥੇ ਪ੍ਰਸ਼ਾਸਨ ਨੂੰ ਇਹ ਗੱਲ ਕਹੂੰਗੀ ਕਿ ਆਪਣੇ ਝੂਠੇ ਨੰਬਰ ਬਣਾਉਣ ਦੀ ਬਜਾਏ ਜਿਹੜੇ ਸਿਵਲੀਅਨ ਬੰਦੇ ਜਿਨ੍ਹਾਂ ਕੋਲ ਕੋਈ ਟ੍ਰੇਨਿੰਗ ਨਹੀਂ ਹੈ, ਕਿਰਪਾ ਕਰਕੇ ਉਹਨਾਂ ਨੂੰ ਸਨਮਾਨਿਤ ਕਰੋ। 15 ਅਗਸਤ ਦੇ ਦਿਨ ਉਹਨਾਂ ਲੋਕਾਂ ਦਾ ਸਨਮਾਨ ਚਾਹੀਦਾ ਜਿਨ੍ਹਾਂ ਨੇ ਬਿਨਾਂ ਟ੍ਰੇਨਿੰਗ ਦੇ ਆਪਣੀ ਜਾਨ 'ਤੇ ਖੇਲ ਕੇ ਇੰਨੇ ਤੇਜ਼ ਵਗਦੇ ਪਾਣੀ ਦੇ ਵਿੱਚ, ਉਸ ਮਾਰੂ ਪਾਣੀ ਦੇ ਵਿੱਚ ਜਾ ਕੇ ਜਿਹੜਾ ਲੋਕਾਂ ਦੀਆਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਬੱਚਾ ਇੱਕ ਬਚਾਇਆ ਔਰ ਕੁਛ ਲਾਸ਼ਾਂ ਵੀ ਕੱਢੀਆਂ।